बिस्मिल्लाहिर्रहमानिर्रहीम। अस्सलाम वालेकुम मेरे दोस्तों, आज असी एक डाची चोवन लगे हैं। तुहानू विखाने डाची किस तरीके चोईदी है। खैर डाची साडी नहीं हैगी, किसी इथों रस्ते तो बंदा टप्पिया जांदा ही, असी आखे यार डाची का दुध पीवा, अज उन्हें आख्या चोल थले। माशाल्लाह बड़ी खूबसूरत तोड़ी हैगी डाची। खैर बंदा हुण जांदा पिया, डाची थोड़ी जी उपरा कर दी, दूआ बंदा नेड़े नहीं आवन दिंदा डाची। डाची का दुध जिहड़ा हैगा इहदा पीवण दा मजा अपना ही है। माशाल्लाह खीर है डाची दा, दुध वगैरह इस तरीके दी चीज़ किलो डेढ़ तक खीर दा खत्म हो जांदी है, और काफ़ी हद तक बीमारियां दी भी शफा है। ਬਿਆ ਗੱਤ ਅਖੀਰ ਡਿੱਗ ਪਏ, ਗਲਾਸ ਤਾਂ ਭਰ ਕੇ ਪੀ। ਤੂੰ ਪੀ ਮੈਂ ਦੇ ਚ ਗੈਸ ਵਾਦਾ ਕਰ, ਜੋ ਵੀ ਚੀਜ਼ ਮਸਲ ਗਿਆ ਬਿਲਕੁਲ ਇਹ ਫਰੈਸ਼ ਕਰ ਦੇ। ਅੱਗ ਬਾਲ ਲਈ ਮਰ ਗਿਆ, ਬਿਮਾਰੀਆਂ ਦਾ ਇਹ ਇਲਾਜ। ਪਹਿਲਾਂ ਸਾਡੇ ਕੋਲ ਰਹੀ ਹੈ ਡਾਚੀ, ਸਾਡੇ ਕੋਲ ਬੰਦੇ ਲਾਹੌਰ ਪਿੱਕਰ ਆਉਂਦੇ ਰਹੇ। ਇਹ ਮਿਰ ਜਾਏ ਇਹ ਬਾਈ ਨਾ, ਤੇ ਉਹ ਬੰਦੇ ਉੱਤੇ ਚਾਸ ਦਾਈ ਦੱਸਣਾ ਵੀ ਡਾਚੀਆਂ ਦਾ ਦੁੱਧ ਲੈ ਗਿਆ ਠੀਕ ਹੈ। ਕੁਛ ਉਹਦੇ ਮਖੂਸ ਪੈਗਾਮ ਕਰਦੇ ਆਣਗੇ ਇੱਥੇ, ਜਨਾ ਲਈ ਦੁੱਧ ਆਉਣਾ ਸਾਡੇ ਕੋਲ ਸੁਆ ਕੇ ਲੈ ਵਾ। ਇਹ ਬਹੂ ਚਾਹ ਵਾਸਤੇ ਹਾਂ, ਤੇ ਯੱਕੇ ਪੀਸੋ ਬਹੂ ਹੈ ਮਖਾ ਚਾਹ ਵਾਸਤੇ ਨਾ ਨਾ ਇਹ ਪਕਾਇ ਸਕ ਬਹੂ। ਮਾਸ਼ਾਅੱਲਾ ਡਾਚੀ ਦੇ ਖੀਰ ਦੀ ਚਾਹ ਘੱਟ ਹੀ ਬਣਦੀ ਵਾਈ। ਦੁੱਧ ਹੁਣ ਪੀਂਦਾ ਗਿਆ, ਨਹੀਂ ਨਹੀਂ ਪੀਣੀ ਨਾਲ ਮੁੱਛਾਂ ਵੀ ਦੁੱਧ ਦੀਆਂ ਬਣ ਗਈਆਂ। ਚਾਸ ਆ ਗਈ ਹੈ ਹੈਂ, ਚਾਸ ਆਈ ਹੈ ਡਾਡੀ, ਉਹ ਮੁੱਛਾਂ ਬਣ ਗਈਆਂ। ਅੱਛਾ ਮਾਸ਼ਾਅੱਲਾ ਕੀ ਬਾਤ ਹੈ। ਡਾਚੀ ਦੀ ਖੀਰ ਦੀ ਪਈ ਚਾਹ ਬਣਾਸੀ ਪਈ, ਸਾਰੇ ਰਲ ਕੇ ਪੀ ਲਈਆਂ।